हरख सोग दाजे सो सुनया सिखी कन्ने
जिन सतगुर का पाना मन्या गुर लागा तब जानी है। जिन सतगुर का पाना मन्या तिन चढ़ी चवगन बन्ने ए चाल ए चाल निराली गुरमुखी काजुर कोठ में भई नकारी काजुर कोठ में भई नकारी निर्मल वर्ण बन्योरी गुर लागा तब जानिए। बाबा कबीर जी दा अज वाला श्लोक मनुख नू एक दृढ़ रस्ता दिंदा है। कहिंदे डामन डोल नहीं सिख अखवाने तेरे लिए कोई शर्त है। धर्मी अखवाने गुरु नाल संबंध रखना लै जरा परख लै तब लफज जेड़ा ना एक शर्त है। श्री गुरु ग्रंथ साहब विच इको जे चार लफज ने जब कब अब तब। जब दा मतलब जदों, अब दा मतलब हुने, अब तब दा मतलब तदों भावता तदों ये काम होएगा, जदों ये काम करेगा तदों ये काम होएगा। तब ते कब दा मतलब कदों, कब ये काम करोगे हिंदी दा तो कब दा मतलब कदों। ये चार लफज इकट्ठे ने, बल्कि गुरबाणी दी एक लाइन वो भी है जिंदे च चारों लफज इकट्ठे आए ने। अब तब जब कब तू ही तू ही, गुरबाणी दी ये लाइन है। अब तब जब कब तू ही तू ही, हम तो प्रसाद सुख सदी। मैं ता करके हर वक्त सुखी महसूस करना, क्योंकि जदों कदों होन ते बाद विच तू ही है। लफज चार इकट्ठे कर दिते ने, अब तब जब कब तू ही हम तो प्रसाद सुख सदी। हुण इस बाबा कबीर जी दे श्लोक विच तब लफज केंद्रीय है, केंद्रीय लफज तब है क्योंकि शर्त है। उनके दोवां पासे कुछ शर्तां ने। आपां कई वारी कहने आ तेरा काम तां होएगा, तो तां लफज जिहड़ा एक शर्त है, जे तू इं करेगा तो तां लफज एक शर्त है। इत्थे तां दा ही दूजा लफज है तब। ते तब लफज नूं बाबा कबीर जी ने अपने इस श्लोक विच दोवां लाइनां विच वरतिया है। सिख खवाना कहना मैं गुरु वाला, तू केवल किते भेख बना के ते नहीं दुनिया नूं दस रहा मैं गुरु वाला,
ਵੇਖ ਲਓ ਮੈਂ ਬਾਣਾ ਪਾਇਆ ਹੋਇਆ ਤੂੰ ਕਿਤੇ ਰੋਜ਼ ਗੁਰਦੁਆਰੇ ਮੱਥਾ ਟੇਕ ਕੇ ਤੇ ਨਹੀਂ ਇਹ ਸਾਬਤ ਕਰਦਾ ਮੈਂ ਗੁਰੂ ਵਾਲਾ ਤੂੰ ਕਿਤੇ ਬਹੁਤੀ ਭੇਟਾ ਰੁਮਾਲੇ ਅਖੰਡ ਪਾਠਾਂ ਦੀਆਂ ਲੜੀਆਂ ਇਹ ਦਿਖਾ ਕੇ ਤੇ ਨਹੀਂ ਸਾਬਤ ਕਰਦਾ ਮੈਂ ਗੁਰੂ ਵਾਲਾ ਹੁਣ ਜਿਹੜੇ ਵੀ ਇਹ ਕੰਮ ਕਰਦੇ ਨੇ ਉਹ ਆਖਰ ਇਹ ਸੋਚਦੇ ਨੇ ਲੋਕ ਵੀ ਉਹਨਾਂ ਨੂੰ ਸਮਝਦੇ ਨੇ ਉਹਦਾ ਗੁਰੂ ਨਾਲ ਬੜਾ ਪਿਆਰ ਹੈ ਪਰ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਗੁਰ ਲਾਗਾ ਭਾਵ ਗੁਰੂ ਵਾਲਾ ਹੋਣ ਦਾ ਜਿਹੜਾ ਨਿਸ਼ਾਨੀ ਹੈ ਜਿਹੜਾ ਨਿਸ਼ਾਨ ਹੈ ਉਹ ਕੀ ਹੈ ਗੁਰ ਲਾਗਾ ਤਬ ਜਾਣੀਏ ਉੱਥੇ ਲਫਜ਼ ਸ਼ਰਤ ਪਾਤੀ ਤਾਂ ਮੈਂ ਤੈਨੂੰ ਗੁਰੂ ਵਾਲਾ ਸਮਝਾਂ ਬਾਕੀ ਗੱਲਾਂ ਜਿਹੜੀਆਂ ਤੂੰ ਗੁਰੂ ਵਾਲਾ ਹੋਣ ਲਈ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਉਹ ਕੋਈ ਜ਼ਰੂਰੀ ਨਹੀਂ ਬੜੇ ਨੇ ਜਿਹੜੇ ਸਿੱਖੀ ਦਾ ਭੇਖ ਬਣਾ ਕੇ ਬਲਕਿ ਚੋਰ ਵੀ ਸਾਧ ਦਾ ਭੇਖ ਬਣ ਕੇ ਬਣਾ ਕੇ ਕਿਸੇ ਦੇ ਘਰ ਜਾਂਦਾ ਹੈ ਔਰ ਸਾਡੀ ਅੱਜ ਦੀ ਦੁਨੀਆ ਅੰਦਰ ਜਦੋਂ ਅਸੀਂ ਨਿਗਾਹ ਮਾਰਨੇ ਹਾਂ ਸਾਧ ਦੇ ਭੇਖ ਵਿੱਚ ਚੋਰ ਜ਼ਿਆਦਾ ਨੇ ਸਿੱਖੀ ਦੇ ਭੇਖ ਵਿੱਚ ਉਹ ਲੋਕ ਜ਼ਿਆਦਾ ਨੇ ਜਿਨ੍ਹਾਂ ਨੂੰ ਸਿੱਖੀ ਦੀ ਪਰਿਭਾਸ਼ਾ ਵੀ ਨਹੀਂ ਹੁੰਦੀ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਕਬੀਰ ਗੁਰ ਲਾਗਾ ਤਬ ਜਾਣੀਏ ਮੈਂ ਤੈਨੂੰ ਤਾਂ ਸਮਝਾਂ ਤੂੰ ਗੁਰੂ ਵਾਲਾ ਹੈ ਲਓ ਅਗਲੀ ਗੱਲ ਹੁਣ ਸਮਝੀ ਮੇਰੇ ਨਹੀਂ ਸ਼ਰਤ ਮੇਰੀ ਨਹੀਂ ਲਾਈ ਬਾਬਾ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਕੇ ਲਾਈ ਹੋਈ ਸ਼ਰਤ ਹੈ ਕਬੀਰ ਗੁਰ ਲਾਗਾ ਤਬ ਜਾਣੀਏ ਇਹ ਤਾਂ ਸਾਨੂੰ ਸਾਰਿਆਂ ਨੂੰ ਜਿਹੜੇ ਅਸੀਂ ਗੁਰੂ ਵਾਲੇ ਆਪਣੇ ਆਪ ਨੂੰ ਵਿਖਾਉਂਦੇ ਹਾਂ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣੀ ਪੈਗੀ ਕਬੀਰ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਤੇਰਾ ਸੰਸਾਰ ਦੇ ਦੁਨੀਆਂ ਦੇ ਪਦਾਰਥਾਂ ਸੁੱਖਾਂ ਨਾਲ ਮੋਹ ਨਾ ਹੋਵੇ ਇਹ ਨਹੀਂ ਕਿ ਤੇਰੇ ਕੋਲ ਸੁੱਖ ਨਾ ਹੋਣ ਲਫਜ਼ ਇੱਥੇ ਮੋਹ ਹੈ ਇੱਕ ਇੱਕ ਲਫਜ਼ ਨੂੰ ਆਪਣਾ ਵਿਚਾਰਨਾ ਇਹ ਨਹੀਂ ਕਿ ਤੇਰੇ ਕੋਲ ਸੁੱਖ ਨਾ ਹੋਣ ਸੁੱਖਾਂ ਨਾਲ ਮੋਹ ਨਾ ਹੋਵੇ ਵੀ ਭਾਵ ਇਹ ਸੁੱਖ ਬਿਨਾਂ ਮੇਰਾ ਤੇਰਾ ਜੇ ਤੂੰ ਮੈਨੂੰ ਆਹ ਸੁੱਖ ਨਾ ਦੇਵੇਂ ਤੂੰ ਮੇਰਾ ਕਾਹਦਾ ਗੁਰੂ ਜੇ ਤੇਰੇ ਅੱਗੇ ਅਰਦਾਸ ਕੀਤੀ ਆ ਮੈਨੂੰ ਨਹੀਂ ਮਿਲਿਆ ਤੇ ਤੂੰ ਕਾਹਦਾ ਗੁਰੂ ਇਹਦਾ ਮਤਲਬ ਤੂੰ ਗੁਰੂ ਨਾਲ ਮੋਹ ਲਈ ਕਿਸੇ ਪ੍ਰਾਪਤੀ ਲਈ ਕਿਸੇ ਚਾਹਤ ਲਈ ਗੁਰੂ ਨਾਲ ਜੁੜੇ ਤੇਰਾ ਗੁਰੂ ਨਾਲ ਸੰਬੰਧ ਨਹੀਂ ਗੁਰੂ ਨਾਲ ਸੰਬੰਧ ਨਹੀਂ ਮੈਂ ਇੱਕ ਵਾਰ ਅਰਜ਼ ਕੀਤੀ ਸੀ ਭਾਈ ਗੁਰਦਾਸ ਜੀ ਨੇ ਐਗਜ਼ਾਮਪਲ ਬੜੀ ਖੂਬਸੂਰਤ ਦਿੱਤੀ ਕਹਿਣ ਲੱਗੇ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ ਜੀਵਨ ਤੇ ਮਰਨ ਦੇ ਵਾਸਤੇ ਬਰਾਬਰ ਹੈ ਪਾਣੀ ਪਾਣੀ ਦੇ ਵਿੱਚ ਹੋਣਾ ਚਾਹੀਦਾ ਅਗਲੇ ਪਾਸੇ ਦੂਜੀ ਐਗਜ਼ਾਮਪਲ ਦਿੱਤੀ ਉਹਨੇ ਜਿਉਂ ਪਰਿਵਾਰ ਪਤੰਗ ਦਾ ਦੀਪਕ ਬਾਜ ਨਾ ਹੋ ਰਸ ਜਾਣੀ ਪਰਿਵਾਰ ਦਾ ਲਫਜ਼ ਵਰਤਿਆ ਨੇ ਇਸ ਲਈ ਕਿਉਂਕਿ ਉਹਦੇ ਵਿੱਚ ਕੋਈ ਜੀ ਨੂੰ ਵੱਖਰਾ ਸਿਖਾਉਣਾ ਨਹੀਂ ਪੈਂਦਾ ਤੂੰ ਆ ਕੰਮ ਪਰਿਵਾਰਕ ਜ਼ਿੰਦਗੀ ਆਪਾਂ ਕਿਉਂ ਕਹਿੰਦੇ ਹਾਂ ਖਾਨਦਾਨੀ ਸੁਭਾਅ ਹੈ ਹੁਣ ਪਤੰਗੇ ਦਾ ਖਾਨਦਾਨੀ ਸੁਭਾਅ ਹੈ ਉਹਦੇ ਸਾਹਮਣੇ ਵੇਖਦਿਆਂ ਵੇਖਦਿਆਂ ਉਹਦਾ ਪਿਤਾ ਉਸੇ ਦੀਵੇ ਦੀ ਉਸੇ ਰੋਸ਼ਨੀ ਦੀ ਚਮਕ ਨੂੰ ਦੇਖ ਕੇ ਉਹਦੇ 'ਤੇ ਕੁਰਬਾਨ ਹੁੰਦਾ ਹੁੰਦਾ ਖੰਭ ਸੜ ਕੇ ਮਰ ਗਿਆ ਦੀਪਕ ਦੇ ਉੱਤੇ ਪਤੰਗੇ ਦਾ ਪਰ ਉਹਦੇ ਪੁੱਤਰ ਨੇ ਇਹ ਨਹੀਂ ਸੋਚਿਆ ਵੀ ਮੇਰਾ ਪਿਓ ਇੱਥੇ ਮਰ ਗਿਆ ਅਤੇ ਮੈਂ ਇਸ ਦੀਵੇ ਕੋਲੋਂ ਦੀਪਕ ਦੀ ਰੋਸ਼ਨੀ ਕੋਲੋਂ ਕੀ ਲੈਣਾ
ਛੱਡ ਜਾਵੇ। ਉਹ ਕਹਿੰਦੇ ਨਹੀਂ, ਦੀਪਕ ਨਹੀਂ ਛੱਡਿਆ ਜਾ ਸਕਦਾ। ਇਸ ਲਈ ਕਹਿ ਦਿੱਤਾ ਯੂੰ ਪਰਿਵਾਰ ਪਤੰਗ ਦਾ ਦੀਪਕ ਬਾਜ ਨਾ ਹੋ ਦਿਸ ਜਾਣੀ, ਹੋਰ ਕਿਸੇ ਨੂੰ ਨਹੀਂ ਜਾਣਦਾ। ਗੁਰ ਲੱਗਾ ਤਬ ਜਾਣੀਏ ਮੈਂ ਤੇਰੇ ਅੰਦਰਲੇ ਵਿਸ਼ਵਾਸ ਨੂੰ ਦੇਖਣਾ ਚਾਹੁੰਦਾ। ਮਿੱਟੇ ਮੋਹ, ਤੈਨੂੰ ਕਿਸੇ ਚੀਜ਼ ਦੀ ਲੋੜ ਮੋਹ ਪਿੱਛੇ ਗੁਰੂ ਨਾਲ ਸੰਬੰਧ ਨਾ ਹੋਵੇ। ਤੇ ਤੂੰ ਤਣ ਦੇ ਉਹ ਕਰਮ ਵੀ ਛੱਡ ਦੇਵੇਂ ਜਿਹੜੇ ਤੇਰੇ ਤੇ ਗੁਰੂ ਦੇ ਦਰਮਿਆਨ ਵਿੱਚ ਇੱਕ ਪੜਦਾ ਬਣ ਜਾਣ, ਰੁਕਾਵਟ ਪੈਦਾ ਕਰਦੇ ਹੋਣ। ਕਹਿੰਦੇ ਨੇ ਗੁਰੂ ਲਾਗਾ ਤਬ ਜਾਣੀਏ ਮਿੱਟੇ ਮੋਹ ਤਨ ਤਾਪ। ਅਗਲੇ ਪਾਸੇ ਇੱਕ ਲਫਜ਼ ਨੇ, ਲਫਜ਼ ਉਹ ਉਸ ਦੂਜੀ ਲਾਈਨ ਵਿੱਚ ਵੀ ਜਿਹੜੇ ਨੇ ਉਹ ਇਹੋ ਹੀ ਨੇ, ਤਪ ਦਾ ਲਫਜ਼। ਕਹਿੰਦੇ ਨੇ ਹਰ ਇੱਕ ਸੋਗ ਦਾ ਜੇ ਨਹੀਂ ਤਬ, ਇੱਥੇ ਵੀ ਤਬ ਆ ਗਿਆ। ਹਰ ਇੱਕ ਖੁਸ਼ੀ ਸੋਗ ਗਮੀ, ਇੱਥੇ ਮੈਂ ਰੁਕਿਆ ਜਿਹੜਾ ਰੁਕਣਾ ਵੀ ਚਾਹੁੰਦਾ। ਭਲਾ ਗਮੀ ਨੂੰ ਤਾਂ ਅਸੀਂ ਕਹਿੰਦੇ ਹਾਂ ਵੀ ਫਲਾਣਾ ਕਿਸੇ ਚਿੰਤਾ ਵਿੱਚ ਜਲ ਰਿਹਾ, ਅੱਗ ਹੈ, ਚਿੰਤਾ ਨੂੰ ਚਿਖਾ ਦੇ ਬਰਾਬਰ ਆ ਕੇ ਫਲਾਣਾ ਚਿੰਤਾ ਦੀ ਚਿਖਾ ਤੇ। ਪਰ ਕਿਹੜੀ ਹੈ ਜੀ, ਵੱਲ ਹਰਖ ਦਾ ਨਾਮ ਖੁਸ਼ੀ ਦਾ ਹੈ। ਉਦਾਸੀ ਚਿੰਤਾ, ਉਹਦੇ ਵਿੱਚ ਕੋਈ ਜਲੇ, ਉਹਦਾ ਦਿਲ ਜਲੇ, ਅੰਦਰੋਂ ਪਰੇਸ਼ਾਨ ਹੋਵੇ ਤਾਂ ਮੰਨ ਲਓ ਹਰਖ ਨਾਮ ਖੁਸ਼ੀ ਦਾ। ਕੀ ਗੱਲ ਹੈ, ਖੁਸ਼ੀ ਵਿੱਚ ਵੀ ਕੁਝ ਜਲਦਾ, ਇੱਥੇ ਰੁਕਣਾ ਹੋਵੇਗਾ। ਜਦੋਂ ਤੱਕ ਅਸੀਂ ਗਹਿਰਾਈ ਵਿੱਚ ਨਹੀਂ ਜਾਵਾਂਗੇ ਇਸ ਲਫਜ਼ ਦੀ, ਉਹਨਾਂ ਚਿਰ ਔਰ ਗੁਰਬਾਣੀ, ਗੁਰਬਾਣੀ ਹੀ ਸਾਨੂੰ ਗਹਿਰਾਈ ਵਿੱਚ ਲੈ ਕੇ ਜਾਏਗੀ। ਹਰਖ ਵਿੱਚ ਵੀ ਜਲ ਰਿਹਾ, ਸੋਗ ਵਿੱਚ ਤਾਂ ਜਲਣਾ ਹੀ ਸੀ, ਚਲੋ ਪਰੇਸ਼ਾਨੀ ਵਿੱਚ, ਸੋਗ ਵਿੱਚ, ਵਿਛੋੜੇ ਵਿੱਚ ਤਾਂ ਲੋਕ ਆਖਦੇ ਨੇ ਅੱਗ ਹੈ ਜਲਦੇ। ਹਰਖ ਨੂੰ ਤਾਂ ਖੁਸ਼ੀ ਕਹਿੰਦੇ ਨੇ ਕਿ ਹਰਖ ਵਿੱਚ ਵੀ ਜਲ ਰਿਹਾ। ਕੋਈ ਚਿੰਤਾ ਹਰਖ ਵਿੱਚ ਵੀ ਹੈ, ਖੁਸ਼ੀ ਵਿੱਚ ਵੀ ਹੈ। ਕਹਿਣ ਲੱਗੇ ਚਿੰਤਾ ਨੇ ਰੂਪ ਬਦਲਿਆ, ਉਹ ਹਰਖ ਵਿੱਚ ਵੀ ਹੈ। ਕਿਉਂਕਿ ਇਸੇ ਲਈ ਸੁੱਖ ਨੂੰ ਵੀ ਤਾਂ ਰੋਗ ਆਖ ਦਿੱਤਾ ਨਾ, ਦੁਖਦਾਰੂ ਸੁੱਖ ਰੋਗ ਭਇਆ, ਚਿੰਤਾ ਉਹਦੇ ਵਿੱਚ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਤੁੱਕ ਹੈ, ਉਹ ਸਮਝਣੇ। ਕਹਿਣ ਲੱਗੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਘਰ ਸੁੱਖ ਜ਼ਿਆਦਾ ਹੋਣ, ਦੌਲਤ ਜ਼ਿਆਦਾ ਹੋਵੇ, ਉਹਨੂੰ ਵੀ ਚਿੰਤਾ ਲੱਗੀ ਰਹਿੰਦੀ ਹੈ ਵੀ ਕਿਵੇਂ ਸਾਂਭਾਂ, ਕਿਤੇ ਟੈਕਸ ਵਾਲਿਆਂ ਦਾ ਰੇਟਿੰਗ ਪੈ ਜਾਏ, ਨੀਂਦ ਉਹਨੂੰ ਵੀ ਨਹੀਂ ਆਉਂਦੀ। ਅਤੇ ਜਿਹਦੇ ਘਰ ਥੋੜ੍ਹੀ ਹੈ, ਉਹ ਵੀ ਵਿਚਾਰਾ ਰਾਤ ਨੂੰ ਵੀ ਸੋਚਦਾ ਰਹਿੰਦਾ ਕੱਲ੍ਹ ਦੀ ਰੋਟੀ ਕਿੱਥੋਂ ਪੈਦਾ ਕਰਾਂਗਾ, ਕੱਲ੍ਹ ਦੀ ਰੋਟੀ ਕਿੱਥੋਂ ਪੈਦਾ ਕਰੇਗਾ। ਗੁਰਬਾਣੀ ਨੇ ਦੋਵਾਂ ਗੱਲਾਂ ਨੂੰ ਸਾਹਮਣੇ ਰੱਖ ਦਿੱਤਾ। ਕਹਿਣ ਲੱਗੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਬਹੁਤੀ ਨਹੀਂ, ਹੱਥ ਤੰਗ ਹੈ, ਸੋ ਫਿਰੇ ਪਰਮੰਤਾ। ਉਹ ਵੀ ਦਿਨ ਰਾਤ ਭੱਜਿਆ ਦੌੜਿਆ ਫਿਰਦਾ ਚਿੰਤਾ ਵਿੱਚ ਵੀ ਕਿੱਥੋਂ ਕੁਝ ਮਿਲ ਜਾਏ, ਮੇਰੀ ਕੱਲ੍ਹ ਦੀ ਰੋਟੀ ਪੂਰੀ ਹੋ ਜਾਏ। ਕਹਿਣ ਲੱਗੇ ਛੱਡਣੀ ਤਾਂ ਚਿੰਤਾ ਸੀ, ਕਿਉਂਕਿ ਮੋਹ ਤਾਂ ਹੈ ਵਿੱਚ ਵੀ ਹੈ, ਨਾਂ ਵਿੱਚ ਵੀ ਹੈ। ਮੈਂ ਬਹੁਤ ਦੇਰ ਹੋਈ ਸਵਾਮੀ ਇੱਕ ਫਕੀਰ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਹਨੇ ਲਫ਼ਜ਼ ਕਹਿ ਕਿ ਅਮੀਰ ਮਰ ਜਾਤਾ ਹੈ ਗਰੀਬ ਮਰ ਜਾਤਾ ਹੈ ਦੌਲਤ ਕੀ ਭਾਲ ਮੈਂ, ਦੌਲਤ ਨੂੰ ਭਾਲਦਾ ਭਾਲਦਾ ਮਰ ਜਾਂਦਾ, ਅਤੇ ਅਮੀਰ ਮਰ ਜਾਤਾ ਹੈ ਧਨ ਕੀ ਸੰਭਾਲ ਮੈਂ, ਉਹ ਭਾਲਦਾ ਭਾਲਦਾ ਮਰ ਜਾਂਦਾ, ਉਹ ਸੰਭਾਲਦਾ। ਚਿੰਤਾ ਤਾਂ ਦੋਵਾਂ ਨੂੰ ਹੈ। ਇਸੇ ਲਈ ਗੁਰੂ ਨੇ, ਬਾਬਾ ਕਬੀਰ ਜੀ ਨੇ ਵੀ ਹਰਖ ਨੂੰ ਵੀ ਨਾਲ ਰੱਖ ਲਿਆ। ਕਹਿਣ ਲੱਗੇ ਇਹ ਨਾ ਸਮਝੀ ਵੀ ਖੁਸ਼ੀ ਵਿੱਚ ਕੋਈ ਰੋਂਦਾ ਨਹੀਂ, ਖੁਸ਼ੀ ਵਿੱਚ ਕੋਈ
सुखी हमेशा सुखी रहिंदे नहीं बिल्कुल नहीं इसे लई इस तुक दी भी आखिरली तुक वेखो कि खूबसूरत है कहन लगे जिस ग्रह बहुत तिसे ग्रह चिंता जिस ग्रह थोड़ी सो फिरे परमंता ते अगली विच लाइन विच कहन लगे दो व्यवस्था ते जो मुक्ता सोई सोहिला पाली गए फैसला की थोड़ी जा बहुती किसे चीज दी विचार तो बाहर उठ मिटे मोह तनता पार्क सोगदा जा नहीं बराबर है गुरु तेग बहादुर पातशाह जी दा सोठ राग विच शब्द है वो सारा शब्द ही इसे गल दी परिभाषा है आम प्रचलित है क्योंकि इत्थे लफ़ज़ कहते हैं जदों तो हर एक सोग दोहां तो बाहर निकलदा है हर एक सोग दा जे नहीं सुखी ते गमी खुशी ते गमी तेरे ते जहां खुशी दा अर्थ असर हो रहा है ते जहां गमी दा हो रहा है पर दो व्यवस्था ते जो मुक्ता सोई सोहेला पा लिए ते एहो गल गुरु तेग बहादुर पातशाह ने कहती कहन लगे जो नर दुख मैं दुख नहीं मानै उथे नाल अगले पासे कहता जे दुख नहीं मनदा ते सुख सने सुख सने अर पै ये दो चीजा भी छड़ दे भी कितने सुख चला ना जाए सुख ना रे ना प्यार ना कल मोह ना पैदा कर सुख होन ये नहीं आखिया सुख ना होन पर उन्हें नाल स्नेह ना होवे उथे भी लफ़ज़ सन कि मोह ना होवे बाबा कबीर जी ने भी यो गल आखी गुरु तेग बहादुर साहब ने भी यो गल कहती कहन लगे दुख विच दुख ना मन ते सुख विच स्नेह ना कर सुख नाल भी जे ये सुख मेरे को चला गया वह भी चिंता बन जाएगी ये भी तो एक चिंता है जो मेरे को सुख चला गया तेरा स्नेह बन गया ना सुख ना जड़ी चीज तो विछड़न तो तू पहले ही चिंता कर रहे हैं परेशान हो रहे हैं वो तो सुख का दा होया वो तो दुख बन गया गुरु तेग बहादुर साहब ने आखे कहन लगे जो नर दुख में दुख नहीं माने सुख स्नेह अर पै नहीं जंग के कंचन माटी मन है हुण देखो इत्थे लफ्ज़ की ने कंचन कदे कोई इस गल नूं सच्चाई मन सकदा कि कोई सोने नूं मिट्टी समझे दसो सना मन ना सोना मिट्टी बनदा है सोना तो सोना मिट्टी मिट्टी पर एक अवस्था की चिंता बदल रहे कहिंदे ने जदों तू मोह छड्डेगा तेरे वास्ते सोना मिट्टी हो जाएगा ਕਿ ਮੋਹ ਨਹੀਂ ਨਾ ਰਿਹਾ ਸਵਾਲ ਤਾਂ ਸਨੇਹ ਰੱਖਣਾ ਮੋਹ ਰੱਖ ਤਬ ਲਫ਼ਜ਼ ਦਾ ਬੜਾ ਗੰਭੀਰ ਅਰਥ ਕੀਤਾ ਨੇ ਕਹਿੰਦੇ ਨੇ ਤੈਨੂੰ ਇਹ ਪਤਾ ਹੋਵੇ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਦੁਨੀਆਂ ਦੇ ਸਾਰੇ ਸੁੱਖ ਹੋਣ ਪੁੱਤਰ ਧੀਆਂ ਪਰਿਵਾਰ ਦੌਲਤ ਘਰ ਬਾਹਰ ਘਰ ਸਭ ਕੁਝ ਹੋਵੇ ਪਰ ਮੋਹ ਨਾ ਹੋਵੇ ਉਹਦੇ ਚੀਜ਼ 'ਚ ਵੀ ਇਹਦੇ ਬਿਨਾਂ ਮੇਰਾ ਮੇਰਾ ਜੀਵਨ ਨਹੀਂ ਇਸੇ ਦਾ ਨਾਂ ਤਿਆਗ ਹੈ ਗ੍ਰਹੀ ਮੈਂ ਜਿਸ ਰੱਖੇ ਉਦਾਸ ਕਹਿ ਕਬੀਰ ਹੋਂ ਤਾਂ ਕਾ ਦਾਸ ਗ੍ਰਸਤੀ ਹੁੰਦੀਆਂ ਹੋਇਆਂ ਘਰ ਬਾਹਰ ਸਭ ਕੁਝ ਹੁੰਦਿਆਂ ਹੋਇਆਂ ਮਨ ਅੰਦਰ ਇੱਕ ਸਨੇਹ ਨਾ ਹੋਵੇ ਕਿ ਇਹਦੇ ਬਿਨਾਂ ਮੈਂ ਰਹਿ ਨਹੀਂ ਸਕਦਾ ਜਦੋਂ ਉਹਦੇ ਬਿਨਾਂ ਰਹਿ ਨਾ ਸਕਣ ਦਾ ਮਸਲਾ ਆਏਗਾ ਤਾਂ ਫਿਰ ਉਹਦੀ ਚਿੰਤਾ ਲੱਗ ਜਾਏਗੀ ਉਹ ਦੁੱਖ ਬਣ ਜਾਏਗਾ ਫਿਕਰ ਰਹੇਗਾ ਵੀ ਕਿਤੇ ਚੱਲ ਨਾ ਜਾਏ ਮੇਰੇ ਕੋਲ ਵਿਛੜ ਨਾ ਜਾਏ ਕੈਸੀ ਗੰਭੀਰਤਾ ਨਾਲ ਗੱਲ ਸਮਝਾਈ ਨੇ ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਅਰ ਭੈ ਨਹੀਂ ਜੰਗ ਕੇ ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤਤ ਜੰਕੈ ਲੋਭ ਮੋਹ ਅਭਿਮਾਨਾ ਅੱਗੇ ਹਰ ਇੱਕ ਸੋਗ ਤੇ ਰਹੇ ਨਿਆਰੋ ਇੱਥੇ ਵੀ ਲਵਲ ਹਰ ਇੱਕ ਸੋਗ ਦਾ ਜੈ ਨਹੀਂ ਉਸ ਤੀਜੀ ਲਾਈਨ ਵਿੱਚ ਵੀ ਇਹੋ ਆਇਆ ਸੀ ਦੋ ਵਿਵਸਥਾ ਤੇ ਜੋ ਮੁਕਤਾ ਇੱਥੇ ਵੀ ਇਹੋ ਹੀ ਹੈ ਹਰ ਇੱਕ ਸੋਗ ਤੇ ਰਹੇ ਨਿਆਰੋ ਹਰ ਇੱਕ ਖੁਸ਼ੀ ਸੋਗ ਗੁਮੀ ਬਾਬਾ ਕਬੀਰ ਜੀ ਨੇ ਵੀ ਇਹੋ ਲਿਆ ਹਰ ਇੱਕ ਸੁੱਖ ਦਾ ਜੈ ਨਹੀਂ
ਉੱਥੇ ਵੀ ਲਫ਼ਜ਼ ਹੋਣੇ। ਕਹਿਣ ਲੱਗੇ ਹਰ ਇੱਕ ਸੋਗ 'ਤੇ ਰਹੇ ਨਿਆਰੋ ਨਾਹੇ ਮਾਣ ਅਪਮਾਨਾ ਅੱਗੇ ਹੈ ਆਸਾ ਮਨਸਾ ਮਨ ਦੀਆਂ ਇੱਛਾਵਾਂ ਉਹ ਮੁੱਕਦੀਆਂ ਹੀ ਨਹੀਂ ਉਹ ਛੱਡਣੀਆਂ ਪੈਣਗੀਆਂ। ਔਰ ਮਨੁੱਖ ਪਰੇਸ਼ਾਨ ਕੀ ਹੈ ਜਦੋਂ ਮਨ ਕੋਈ ਕਿਸੇ ਚਾਹਤ ਨਾਲ ਜੁੜ ਜਾਂਦਾ ਤਾਂ ਫਿਰ ਉਸੇ ਵਕਤ ਮਨ ਨੂੰ ਚਿੰਤਾ ਲੱਗ ਜਾਂਦੀ ਹੈ ਹੁਣ ਇਹ ਮਨਸਾ ਮਨ ਦੀ ਇੱਛਾ ਕਿਵੇਂ ਪੂਰਨ ਹੋਵੇ। ਗੁਰੂ ਇੱਕ ਸੁੱਖ ਦਾ ਤਰੀਕਾ ਦੱਸ ਰਹੇ ਨੇ ਕਹਿੰਦੇ ਨੇ ਰੱਬ ਪ੍ਰਭੂ ਨੂੰ ਅਸੀਂ ਸੱਤ ਚਿੱਤ ਆਨੰਦ ਕਿਉਂ ਆਖਦੇ ਹਾਂ। ਤੇਰੇ ਘਰ ਆਨੰਦ ਵਧਾਈ ਤੁਧ ਘਰ ਉਹਦੇ ਘਰ ਹਮੇਸ਼ਾ ਆਨੰਦ ਉੱਥੇ ਕੋਈ ਨਹੀਂ ਕਹਿੰਦਾ ਵੀ ਉਹਦੇ ਘਰ ਵੀ ਸੋਗ ਹੈ ਨਾ ਉਹ ਮਰੇ ਨਾ ਉਹ ਹੋਵੇ ਸੋਗ ਉਹਦੇ ਘਰ ਤਾਂ ਸੋਗ ਹੈ ਹੀ ਨਹੀਂ ਉਹਦੇ ਘਰ ਤਾਂ ਆਨੰਦ ਹੀ ਆਨੰਦ ਹੈ। ਅਤੇ ਉਹ ਆਨੰਦ ਇਸੇ ਲਈ ਹੈ ਕਿਉਂਕਿ ਉਹ ਕੋਈ ਮਨ ਦੀ ਇੱਛਾ ਉਹ ਨਹੀਂ ਰੱਖਦਾ ਵੀ ਆਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ। ਜਦੋਂ ਤੂੰ ਇਸ ਅਵਸਥਾ ਵਿੱਚ ਚਲਾ ਜਾਏਗਾ ਤੈਨੂੰ ਆਨੰਦ ਦੀ ਪਰਿਭਾਸ਼ਾ ਦਾ ਪਤਾ ਲੱਗ ਜਾਏਗਾ ਅਤੇ ਫਿਰ ਉਸ ਆਨੰਦ ਦੇ ਘਰ ਵਿੱਚ ਤੂੰ ਵੀ ਜਾ ਸਕੇਗਾ। ਬਹੁਤ ਦੇਰ ਹੋਈ ਮੈਂ ਇੱਕ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਗੁਰੂ ਦਸਮ ਪਾਤਸ਼ਾਹ ਜਿਸ ਪਿੰਡ ਵਿੱਚ ਜਿਸ ਸ਼ਹਿਰ ਵਿੱਚ ਰਹਿੰਦੇ ਨੇ ਉਹਦਾ ਨਾਮ ਵੀ ਆਨੰਦਪੁਰ ਹੈ ਅਤੇ ਜਿਸ ਕਿਲ੍ਹੇ ਵਿੱਚ ਘਰ ਵਿੱਚ ਰਹਿੰਦੇ ਨੇ ਉਹਦਾ ਨਾਮ ਵੀ ਆਨੰਦਗੜ੍ਹ ਹੈ। ਅਤੇ ਗੁਰੂ ਨੇ ਆਨੰਦਪੁਰ ਛੱਡਿਆ ਆਨੰਦਗੜ੍ਹ ਛੱਡਿਆ ਆਨੰਦ ਨਹੀਂ ਛੱਡਿਆ। ਇਤਿਹਾਸ ਵਿੱਚ ਉਹ ਸਾਨੂੰ ਚੀਜ਼ ਲੱਭਦੀਆਂ ਨੇ। ਗੁਰੂ ਨੇ ਆਨੰਦਪੁਰ ਸ਼ਹਿਰ ਛੱਡ ਦਿੱਤਾ ਆਨੰਦਗੜ੍ਹ ਦਾ ਕਿਲ੍ਹਾ ਵੀ ਛੱਡ ਦਿੱਤਾ ਪਰ ਆਨੰਦ ਨਹੀਂ ਛੱਡਿਆ। ਕਿਸੇ ਨੇ ਜਾ ਕੇ ਮਾਛੀਵਾੜੇ ਦੇ ਜੰਗਲ ਵਿੱਚ ਵੀ ਗੁਰੂ ਦਸਮ ਪਾਤਸ਼ਾਹ ਨੂੰ ਦੇਖਿਆ ਤਾਂ ਵੇਖਿਆ ਵੀ ਹੈ ਖੁਸ਼ ਹੈ ਆਨੰਦ ਹੈ। ਕਿਉਂ? ਕਿਉਂਕਿ ਉਹਦਾ ਆਨੰਦ ਜਿਹੜਾ ਹੈ ਉਹ ਕਿਸੇ ਦੇ ਮੁਹਤਾਜ ਨਹੀਂ ਰਿਹਾ। ਜੇ ਤਾਂ ਰਾਜ ਭਾਗ ਦੇ ਮੁਹਤਾਜ ਹੁੰਦਾ ਤਾਂ ਰਾਜ ਭਾਗ ਗਿਆ, ਜੇ ਆਨੰਦਪੁਰ ਦੇ ਮੁਹਤਾਜ ਹੁੰਦਾ ਤਾਂ ਉਹ ਗਿਆ ਅਤੇ ਆਨੰਦ ਵੀ ਚਲਾ ਜਾਂਦਾ। ਕਿਉਂਕਿ ਸਾਡਾ ਆਨੰਦ ਜਿਹੜਾ ਹੈ ਉਹ ਸਾਰਾ ਮੋਹ ਵਿੱਚ ਖੜਾ ਹੈ। ਪੁੱਤਰ ਨੇ ਜਨਮ ਲਿਆ ਉਹ ਖੁਸ਼ੀਆਂ ਆਨੰਦ ਵਾਹਿਗੁਰੂ ਨਾ ਕਰੇ ਜਿਸ ਦਿਨ ਪੁੱਤਰ ਚਲਾ ਜਾਏ ਉਸ ਦਿਨ ਸਾਡਾ ਆਨੰਦ ਵੀ ਚਲਾ ਗਿਆ ਨਾ। ਇਹਦਾ ਮਤਲਬ ਆਨੰਦ ਸਾਡਾ ਨਹੀਂ ਸੀ, ਆਨੰਦ ਤਾਂ ਉਹਦਾ ਸੀ, ਉਹ ਲੈ ਗਿਆ। ਗੁਰੂ ਕਹਿੰਦੇ ਨੇ ਆਨੰਦ ਆਪਣਾ ਬਣਾ, ਉਹ ਤਾਂ ਬਣੇਗਾ ਹਰ ਇੱਕ ਸੋਗ 'ਤੇ ਰਹਿ ਨਿਆਰੋ ਆਸਾ ਮਨਸਾ। ਤੂੰ ਤਾਂ ਇਹ ਸਮਝਦਾ ਵੀ ਜਿਸ ਦਿਨ ਬਹੁਤ ਸਾਰੀ ਦੌਲਤ ਆ ਗਈ, ਬੈਂਕ ਬੈਲੈਂਸ ਵੱਡਾ ਹੋ ਗਿਆ, ਉਸ ਦਿਨ ਤੂੰ ਆਨੰਦ ਹੈ, ਅਤੇ ਜੇ ਘਾਟਾ ਪੈ ਗਿਆ ਤਾਂ ਆਨੰਦ ਚਲਾ ਗਿਆ। ਇਹਦਾ ਮਤਲਬ ਤੇਰਾ ਆਨੰਦ ਆਪਣਾ ਨਹੀਂ, ਉਸ ਬੈਂਕ ਬੈਲੈਂਸ ਵਿੱਚ ਜਮ੍ਹਾਂ ਹੈ। ਜਿਸ ਦਿਨ ਕੋਈ ਚੀਜ਼ ਚਲੀ ਜਾਏ ਉਹਦੇ ਨਾਲ ਆਨੰਦ ਵੀ ਚਲਾ ਜਾਏ। ਕਹਿਣ ਲੱਗੇ ਜੇ ਤੂੰ ਮੋਹ ਛੱਡ ਦੇਵੇਂ, ਪਕੜ ਛੱਡ ਦੇਵੇਂ, ਤਾਂ ਕੋਈ ਚੀਜ਼ ਆਵੇ ਜਾਵੇ ਤੂੰ ਆਨੰਦ ਹੈ। ਆਨੰਦਪੁਰ ਆਇਆ ਤਾਂ ਆਨੰਦ, ਆਨੰਦਗੜ੍ਹ ਚਲਾ ਗਿਆ ਤਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਆਨੰਦ ਹੈ। ਔਰ ਇਹੋ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝਾਈ। ਕਹਿਣ ਲੱਗੇ ਹਰ ਇੱਕ ਸੋਗ 'ਤੇ ਰਹੇ ਨਿਆਰੋ ਨਾਹੇ ਮਾਣ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ 'ਤੇ ਰਹੇ ਨਿਰਾਸਾ। ਕਿਉਂਕਿ ਸੰਸਾਰ ਜਿਹੜਾ ਹੈ ਉਹ ਚਿੰਤਾ ਵਿੱਚ ਹੈ। ਔਰ ਇਹੀ ਗੱਲ ਆ ਹੁਣ ਇੱਕ ਲਾਈਨ ਆਈ ਸੀ, ਕਾਜਰ ਕੋਠ ਮੈਂ ਭਈ ਨਾ ਕਾਰੀ। ਕਾਜਰ ਕੋਠ ਦਾ ਮਤਲਬ ਹੁੰਦਾ ਕਾਲਖ ਦੀ ਕੋਠੜੀ। ਇੱਕ ਹੋਰ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਹੈ ਜਿਹਦੇ ਵਿੱਚ ਇਹ ਲਫ਼ਜ਼ ਕਹਿੰਦੇ ਨੇ ਜੱਗ ਕਾਜਰ ਕੀ ਕੋਠੜੀ। ਬਾਬਾ ਕਬੀਰ ਜੀ ਦਾ ਹੀ ਸ਼ਲੋਕ ਹੈ, ਜੱਗ ਕਾਜਰ ਕੀ ਕੋਠੜੀ ਅੰਧ ਪਰੇ ਤਿਸਮਾਏ। ਅਖੇ ਹੋਵੇ ਕਾਲਖ ਦੀ ਕੋਠੜੀ ਅਤੇ ਅੰਧਾ ਆਦਮੀ ਉਹਦੇ ਵਿੱਚ ਆ ਜਾਏ,
ਉਹਨੂੰ ਪਤਾ ਹੀ ਨਹੀਂ ਕਾਜਲ ਨੇ ਉਹਦੇ ਕੱਪੜੇ ਭਲਾ ਚਿੱਟੇ ਲੈ ਕੇ ਨਿਕਲੇ ਕੰਮ ਦੇ ਚੋਂ ਉਹਦੇ ਕੱਪੜੇ ਨੇ ਕਲੰਕ ਕਾਲਖ ਤੋਂ ਬਚਣਗੇ ਕਿਉਂਕਿ ਇੱਕ ਤਾਂ ਕਾਲਖ ਦੀ ਕੋਠੜੀ 'ਚ ਆ ਗਿਆ ਦੂਜਾ ਅੰਧਾ ਹੈ ਕਹਿਣ ਲੱਗੇ ਜੱਗ ਕਾਜਰ ਕੀ ਕੋਠ ਸੰਸਾਰ ਅੰਦਰ ਹਰ ਪਾਸੇ ਕਾਲਖ ਹੀ ਕੋਲਖ ਹੈ ਅਤੇ ਤੂੰ ਅੰਧ ਭਾਵ ਅਗਿਆਨਤਾ ਵਿੱਚ ਹੈ ਤੈਨੂੰ ਪਤਾ ਹੀ ਨਹੀਂ ਕਿਹੜੀਆਂ ਚੀਜ਼ਾਂ ਨਾਲ ਕਾਲਖ ਲੱਗਣੀ ਹੈ ਜੱਗ ਕਾਜਰ ਕੀ ਕੋਠਰੀ ਅੰਧ ਭਰੇ ਤਿਸਮਾਏ ਕਹਿਣ ਲੱਗੇ ਬਲਿਹਾਰੀ ਇਸ ਜਾਤ ਕੋ ਪੈਸ ਜੋ ਨਿਕਸੇ ਜਾਏ ਜਿਹੜਾ ਪੈ ਕੇ ਉਹਦੇ ਵਿੱਚੋਂ ਨਿਕਲ ਜਾਏ ਅਤੇ ਉਵੇਂ ਨੇਕ ਲੰਕ ਨਿਕਲ ਜਾਏ ਜਿਹੜਾ ਸੰਸਾਰ ਵਿੱਚ ਆਵੇ ਅਤੇ ਸੰਸਾਰ ਤੋਂ ਨੇਕ ਲੰਕ ਲੈ ਕੇ ਜੀਵਨ ਚਲਾ ਜਾਏ ਉਹ ਕਿਵੇਂ ਜਾਏ ਕਿਉਂਕਿ ਜੱਗ ਤਾਂ ਕਾਜਰ ਕੀ ਕੋਠਰੀ ਹੈ ਅਤੇ ਇਹੋ ਗੱਲ ਗੁਰੂ ਨੇ ਬਾਣੀ ਵਿੱਚ ਆ ਕੇ ਕਹਿਣ ਲੱਗੇ ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਬਰਨ ਬਣਿਓ ਰੀ ਮੈਂ ਤੇਰੇ ਕੋਲੋਂ ਪੁੱਛਣਾ ਕਿ ਤੂੰ ਕਾਜਰ ਦੀ ਕੋਠਰੀ ਵਿੱਚ ਆ ਕੇ ਸੰਸਾਰ ਵਿੱਚ ਆ ਕੇ ਫਿਰ ਨੇਕ ਲੰਕ ਕਾਲਕ ਤੋਂ ਬਿਨਾਂ ਨਿਰਮਲ ਕੱਪੜੇ ਨਿਰਮਲ ਜੀਵਨ ਲੈ ਕੇ ਜਾ ਰਿਹਾ ਅਤੇ ਕਿਵੇਂ ਜਾ ਰਿਹਾ ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਬਰਨ ਬਣਿਓ ਰੀ ਅਤੇ ਇਹਦਾ ਜਵਾਬ ਅਗਲੀ ਲਾਈਨ ਵਿੱਚ ਕੀਤਾ ਕਹਿਣ ਲੱਗੇ ਮਾਂ ਮੰਤਰ ਗੁਰ ਹਿਰਦੇ ਬਸਿਓ ਮੇਰੇ ਗੁਰੂ ਨੇ ਮੈਨੂੰ ਮਾਂ ਮੰਤਰ ਭਾਵ ਉਹ ਤਰੀਕਾ ਦੱਸਿਆ ਕਿ ਇਸ ਸੰਸਾਰ ਵਿੱਚ ਕਿਵੇਂ ਰਹਿਣਾ ਹੈ ਇੱਕ ਖਿਆਲ ਕਰਿਓ ਗੁਰੂ ਦਾ ਸਾਡਾ ਰਿਸ਼ਤਾ ਹੀ ਇਸ ਗੱਲ ਦਾ ਹੈ ਉਹ ਸਾਨੂੰ ਜੀਵਨ ਦੀ ਤਰਕੀਬ ਸਮਝਾਉਂਦਾ ਹੈ ਅਸੀਂ ਗੁਰੂ ਕੋਲੋਂ ਸਿੱਖਣਾ ਹੈ ਕਿ ਜੀ ਕਿਵੇਂ ਜਿਉਣਾ ਹੈ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਗੁਰ ਮਿਲ ਚੱਜ ਅਚਾਰ ਸਿੱਖ ਜੇ ਦੁੱਖਾਂ ਤੋਂ ਬਚਣਾ ਹੈ ਤਾਂ ਗੁਰੂ ਕੋਲੋਂ ਜਿਉਣਾ ਸਿੱਖ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਗੁਰੂ ਕੋਲੋਂ ਚੱਜ ਅਚਾਰ ਸਿੱਖ ਅਤੇ ਫਿਰ ਗੁਰੂ ਸਮਝਾਏਗਾ ਭਾਵੇਂ ਆਪ ਸਮਝਾ ਰਿਹਾ ਹੈ ਭਾਵੇਂ ਬਾਬਾ ਕਬੀਰ ਜੀ ਦੇ ਰਾਹੀਂ ਸਮਝਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾ ਰਿਹਾ ਅਤੇ ਕਹਿੰਦੇ ਨੇ ਭਲਿਆ ਹਰ ਇੱਕ ਸੋਗ ਦਾ ਜੇ ਨਹੀਂ ਮੋਹ ਪਕੜ ਛੱਡ ਸੁੱਖ ਹੋਣ ਤੇਰੇ ਕੋਲ ਦੁਨੀਆਂ ਦੇ ਸੁੱਖ ਭੋਗ ਪਰ ਮੋਹ ਨਾ ਕਰ ਪਕੜ ਨਾ ਕਰ ਤੈਨੂੰ ਪਤਾ ਹੋਵੇ ਸੁੱਖ ਕਦੇ ਵੀ ਟਿਕਦੇ ਨਹੀਂ ਚਲੇ ਜਾਂਦੇ ਚਲੇ ਜਾਣ ਵਾਲੀ ਚੀਜ਼ ਹੈ ਇਸ ਲਈ ਸੰਸਾਰ ਨੂੰ ਚਲਾਏ ਮਾਨ ਸੰਸਾਰ ਆਖਦੇ ਨੇ ਚਲਾਏ ਮਾਨ ਦਾ ਕਿ ਹਰ ਚੀਜ਼ ਇੱਥੇ ਚੱਲਦੀ ਹੈ ਤੁਰੀ ਜਾਂਦੀ ਹੈ ਅਤੇ ਜੇ ਤੁਰੀ ਜਾਂਦੀ ਚੀਜ਼ ਨਾਲ ਮੋਹ ਕਰੇਗਾ ਕਿਵੇਂ ਰਹੇ ਕਹੇਗਾ ਪਕੜ ਨਾ ਕਰ ਕਹਿਣ ਲੱਗੇ ਹਰ ਇੱਕ ਸੁਗਦਾ ਜੇ ਨਹੀਂ ਫਿਰ ਤਬ ਹਰ ਆਪੇ ਆਪ ਉਦੋਂ ਤੂੰ ਆਪਣੇ ਆਪ ਵਿੱਚ ਹਰੀ ਦਾ ਰੂਪ ਹੋ ਜਾਏਗਾ ਕਿਉਂਕਿ ਉਹ ਵੀ ਆਨੰਦ ਹੈ ਫਿਰ ਤੇਰੇ ਅੰਦਰ ਵੀ ਆਨੰਦ ਆ ਜਾਏਗਾ ਹਮੇਸ਼ਾ ਖੁਸ਼ੀ ਹਮੇਸ਼ਾ ਸੋਗ ਤੋਂ ਰਹਿਤ ਹੋ ਜਾਏਗਾ ਨਾ ਉਹ ਮਰੇ ਨਾ ਹੋਵੇ ਸੋਗ ਇਸ ਲਈ ਸੋਗ ਤੋਂ ਰਹਿਤ ਜੀਵਨ ਕਰਨ ਲਈ ਆਨੰਦ ਦਾ ਜੀਵਨ ਬਿਤਾਉਣ ਲਈ ਤੈਨੂੰ ਗੁਰੂ ਕੋਲੋਂ ਚੱਜ ਅਚਾਰ ਸਿੱਖਣੇ ਪੈਣਗੇ ਜਿਸ ਦਿਨ ਤੂੰ ਚੱਜ ਅਚਾਰ ਸਿੱਖ ਕੇ ਉਸ ਆਨੰਦ ਰੂਪ ਵਿੱਚ ਅਪੇਧ ਹੋਇਓ ਗੁਰੂ ਬਾਬਾ ਕਬੀਰ ਕਹਿੰਦੇ ਨੇ ਮੈਂ ਉਸ ਦਿਨ ਸਮਝਾਂਗਾ ਕਿ ਤੂੰ ਗੁਰੂ ਵਾਲਾ ਹੈ ਮੈਂ ਉਸ ਦਿਨ ਸਮਝਾਂਗਾ ਤੂੰ ਗੁਰੂ ਗੁਰੂ ਨੂੰ ਜਾਣ ਲਿਆ ਕਿਉਂਕਿ ਗੁਰੂ ਕੋਲੋਂ ਤਾਂ ਚਾਜਾ ਸਾਰ ਜੀਵਨ ਦੇ ਸਿੱਖਣੇ ਨੇ ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ ਕਹਿਣ ਲੱਗੀ ਗੁਰੂ ਲਾਗਾ ਗੁਰੂ ਲਾਗਾ ਤਬ ਜਾਣੀ ਹੈ ਗੁਰ ਲਾਗਾ ਕਬੀਰ ਗੁਰ ਲਾਗਾ ਤਬ ਜਾਣੀ ਹੈ ਮਿਟੇ ਮੋਹ ਤਨ ਦਾ ਮਿਟੇ ਮੋਹ ਤਨ ਦਾ
ਹਰਖ ਸੋਗੇ ਦਾਜੇ ਨਹੀਂ ਹਰਖ ਸੋਗੇ ਦਾਜੇ ਤਬ ਤਬ ਹਰ ਆਪ ਤਬ ਹਰ ਆਪ ਗੁਰ ਲਗਾ ਤਬ ਸਮਝਾ ਦਿੱਤਾ ਗੁਰੂ ਵਾਲਾ ਕਿਵੇਂ ਬਣਦਾ ਤੇ ਕਿਉਂ ਬਣਦਾ ਹੈ। ਅਸੀਂ ਆਪਣੇ ਆਪ ਵਿੱਚ ਝਾਤ ਮਾਰ ਕੇ ਦੇਖਣਾ ਹੈ, ਸਾਨੂੰ ਪਤਾ ਲੱਗ ਜਾਏ ਆਹ ਸ਼ਰਤ ਪੂਰੀ ਕਰਨੇ ਆ, ਜੇ ਕਰਨੇ ਆ ਤੇ ਤਬ ਗੁਰੂ ਵਾਲੇ ਬਣਾਂਗੇ। ਗੁਰੂ ਲੱਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਹਰਖ ਸੋਗ ਦਾਜੇ ਨਹੀਂ ਤਬ ਹਰ ਆਪੇ ਆਪ। ਦੋ ਲਾਈਨਾਂ ਅੰਦਰ ਜੀਵਨ ਦਾ ਸਾਰਾ ਰਾਜ ਸਮਝਾਉਂਦੇ ਨੇ ਬਾਬਾ ਕਬੀਰ ਜੀ ਇਹਨਾਂ ਸ਼ਬਦਾਂ ਨਾਲ। ਖਿਮਾਂਦਾ ਜਾ ਚੇਕਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।